सत श्री अकाल जी, मेरा नाम हरप्रीत कौर, मैं DGM से देख रहे सारे दर्शकों का तहे दिलों स्वागत करती हाँ। जिवें कि आप जानते हैं कि नैतिक कदर कीमतों का साडे जीवन में बहुत महत्व है, पर यह बहुत ही अफसोस की गल है कि ये इसका म्यार दिनों दिन डिगदा जा रहा है। तो इस तरह क्यों हो रहा है, इनू उच्चा किमें चक सकते हैं, आओ इस बारे आप कॉलेज के विद्यार्थियों गल करते हैं। हूँ आप गल करते हैं कॉलेज के कुछ विद्यार्थियों के नाल। सत श्री अकाल जी, सत श्री अकाल जी। तुहाडा नाम? जैसलीन कौर। तुहाडा? गुरलीन कौर। तुसी केड़ी क्लास पढ़ते हो? BA सैकेंड ईयर। तुसी? BA सैकेंड ईयर। तुसी दस सकते हो कि अजकल दे नौजवानों में सबर क्यों घटता जा रहा है? देखो, सबर या गल करिए मोरल वैल्यूज़ की, तो मोरल वैल्यू सब तो पहला सानू बचपन तो अपने घर दे तो सीखने को मिलती है, पर अपने बजुर्गों तो। पर अजकल देखा जाता है कि सांझे परिवार नहीं रहे, तो करके घर में बजुर्गों की अहमियत घटती जा रही है, तो इस करके मोरल वैल्यूज भी शायद कितना ना कि उस कारण ही घटदिया जा रही है। पर कि मोरल वैल्यू सिर्फ अपन बुजुर्ग ही दस सकते हैं, मतलब पेरेंट्स अपने वो भी दस सकते हैं? वो भी दस सकते हैं, पर अजकल पेरेंट्स को भी इन्ना टाइम नहीं है, सारे वर्किंग है, वर्किंग जॉब करते हैं, सो इस करके थोड़े उस कारण ही घटते नहीं। पर उन्होंने ड्यूटी तो बनती है ना कि वो दस किसी ना किसी हद तक वो सिखाते भी हैं, पर फिर भी पूरा नहीं हो पाता। ਤੁਸੀਂ ਦੱਸ ਸਕਦੇ ਇਸ ਬਾਰੇ ਕੁਛ? ਇਹਦਾ ਮੇਨ ਕਾਰਨ ਇਹ ਹੈ ਕਿ ਇੱਕ ਤਾਂ ਜਿਹੜੀਆਂ ਫੈਮਿਲੀਜ਼ ਨੇ ਉਹ ਨਿਊਕਲੀਅਰ ਹੋ ਰਹੀਆਂ ਨੇ, ਅਤੇ ਨਿਊਕਲੀਅਰ ਫੈਮਿਲੀਜ਼ ਦੇ ਵਿੱਚ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਉਹ ਮੋਬਾਈਲ ਦੀ ਆਉਂਦੀ ਹੈ, ਕਿ ਅੱਜ ਕੱਲ੍ਹ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਹਰ ਕੋਈ ਆਪਣੇ ਫੋਨ ਦੇ ਉੱਪਰ ਵਿਅਸਤ ਹੈ। ਅਗਰ ਫੈਮਿਲੀ ਟਾਈਮ ਅੱਗੇ ਹੁੰਦਾ ਸੀਗਾ ਕਿ ਸਾਰਾ ਫੈਮਿਲੀ ਇਕੱਠੇ ਬੈਠ ਕੇ ਡਿਨਰ ਕਰਦੇ ਸੀਗੇ, ਲੰਚ ਕਰਦੇ ਸੀਗੇ, ਤਾਂ ਉਹ ਆਪਣੇ ਪੂਰੇ ਦਿਨ ਦੀ ਰੂਟੀਨ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਸੀ, ਅਤੇ ਜਿਹੜੇ ਪੇਰੈਂਟਸ ਸੀਗੇ ਉਹ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਸੀ। ਔਰ ਅੱਜ ਕੱਲ੍ਹ ਅਗਰ ਡਿਨਰ ਇੱਕ ਫਾਰਮੈਲਿਟੀ ਦੇ ਲਈ ਫੈਮਿਲੀ ਡਿਨਰ ਹੁੰਦਾ ਹੈ ਕਿ ਹਰ ਕੋਈ, ਇਵਨ ਕਿ ਡਾਇਨਿੰਗ ਟੇਬਲ ਦੇ ਉੱਪਰ ਬੈਠ ਕੇ ਵੀ ਹਰ ਕੋਈ ਆਪਣਾ ਫੋਨ ਚਲਾ ਰਿਹਾ ਹੁੰਦਾ, ਅਤੇ ਇਸ ਕਰਕੇ ਵੀ ਕਿ ਇੱਕ ਦੂਸਰੇ ਦੇ ਲਈ ਉਹਨਾਂ ਨੂੰ ਲੱਗਦੀ ਹੈ ਨਹੀਂ, ਲੋੜ ਲੱਗਦੀ ਹੋਈ ਹੈ ਨਹੀਂ ਗੀ ਕਿ ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹੈ, ਕਿ ਫੋਨ ਹੀ ਉਹਨਾਂ ਦੇ ਲਈ ਇੱਕ ਵੱਡੀ ਅਹਿਮੀਅਤ ਬਣਿਆ ਹੋਇਆ ਹੁੰਦਾ ਹੈ। ਅਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਮੋਰਲ ਵੈਲਿਊ ਸਿਖਾਉਣੀ ਸੀ ਅਤੇ ਜਿਨ੍ਹਾਂ ਨੇ ਸਿੱਖਣੀ ਸੀਗੀ ਉਹ ਇਸ ਚਾਹੁੰਦੇ ਹੀ ਹੈ ਨਹੀਂ ਗੇ ਇਸ ਦੇ ਲਈ। ਅਤੇ ਤੁਹਾਡੇ ਅਕੋਰਡਿੰਗਲੀ ਇਹ ਚੀਜ਼ ਆਪਾਂ ਚੇਂਜ ਕਿਵੇਂ ਕਰ ਸਕਦੇ ਹਾਂ? ਇਹਦੇ ਵਿੱਚ ਦੋਨੇ ਧਿਰਾਂ ਨੂੰ ਇਨਵੋਲਵ ਹੋਣਾ ਪਏਗਾ, ਅਗਰ ਮਤਲਬ ਪੇਰੈਂਟਸ ਨੇ ਉਹਨਾਂ ਨੂੰ ਫਰੈਂਡਲੀ ਹੋਣਾ ਪਏਗਾ ਆਪਣੇ ਬੱਚਿਆਂ ਨਾਲ, ਔਰ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਆਪਣੇ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਨਾ ਪਏਗਾ। ਤੁਸੀਂ ਕਰਦੇ ਹੋ ਇਸ ਤਰ੍ਹਾਂ ਫੋਲੋ? ਜੀ ਹਾਂ। ਤੁਸੀਂ? ਸਾਡੀ ਫੈਮਿਲੀ 'ਚ ਹੁੰਦਾ ਹੈ ਡਿਨਰ ਟਾਈਮ, ਤਾਂ ਐਟਲੀਸਟ ਸਭ ਦਾ ਇਕੱਠਾ ਹੁੰਦਾ ਹੈ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਹਰਪ੍ਰੀਤ ਪੁਰੀ। ਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ 'ਚ ਕੁਆਲਿਟੀਜ਼ ਅਤੇ ਡਿਸਕੁਆਲਿਟੀਜ਼ ਕੀ ਨੇ? ਕੁਆਲਿਟੀਜ਼ ਮੈਨੂੰ ਲੱਗਦਾ ਹੈ ਕਿ ਮੈਂ ਬੋਲ ਕਾਫੀ ਵਧੀਆ ਲੈਂਦਾ, ਉਹ ਮੈਨੂੰ ਮੇਰੀ ਕੁਆਲਿਟੀ ਲੱਗਦੀ ਹੈ, ਅਤੇ ਉਸ ਤੋਂ ਇਲਾਵਾ ਲਿਖਣ ਦੀ ਕਾਬਲੀਅਤ ਮੇਰੇ 'ਚ ਹੈ, ਮੈਨੂੰ ਲਿਖਣਾ ਪਸੰਦ ਹੈ। ਠੀਕ ਹੈ। ਅਤੇ ਜੇਕਰ ਮੇਰੀ ਖਾਮੀਆਂ ਦੀ ਗੱਲ ਕਰੀਏ ਤਾਂ ਮੈਨੂੰ ਕਿਤੇ ਕਿਤੇ ਜ਼ਰੂਰ ਲੱਗਦਾ ਹੈ ਕਿ ਕਈ ਵਾਰ ਮੈਂ ਚੀਜ਼ਾਂ ਨੂੰ ਉਨਾ ਜਲਦੀ ਨਹੀਂ ਸਿੱਖ ਪਾਉਂਦਾ ਜਿੰਨਾ ਆਪਾਂ ਨੂੰ ਸਿੱਖਣਾ ਚਾਹੀਦਾ, ਮੈਨੂੰ ਥੋੜ੍ਹਾ ਸਮਾਂ ਜ਼ਿਆਦਾ ਲੱਗ ਜਾਂਦਾ, ਕਿਉਂਕਿ ਮੈਨੂੰ ਚੀਜ਼ਾਂ ਨੂੰ ਪਰਫੈਕਸ਼ਨ 'ਚ ਸਿੱਖਣ ਦੀ ਆਦਤ ਹੈ। ਕਿ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਤੁਹਾਡੀ ਮੋਰਲ ਵੈਲਿਊਜ਼ ਤੇ ਤੁਹਾਡੀ ਲਾਈਫ ਤੇ ਵੀ ਇਫੈਕਟ ਪੈਂਦਾ ਹੈ? ਦੇਖੋ, ਲਾਈਫ ਦੇ ਇਫੈਕਟ ਤਾਂ ਹਰ ਚੀਜ਼ ਦਾ ਪੈਂਦਾ ਹੈ, ਹੁਣ ਮੋਰਲ ਵੈਲਿਊਜ਼ ਦੀ ਜੇ ਗੱਲ ਕਰੀਏ ਤਾਂ ਉਹ ਇੱਕ ਕਾਫੀ ਅਲੱਗ ਕਨਸੈਪਟ ਆ ਜਾਂਦਾ ਹੈ, ਕਿਉਂਕਿ ਕੁਝ ਆਪਣੀਆਂ ਕਮੀਆਂ ਹੁੰਦੀਆਂ ਨੇ ਤਾਂ ਕੁਝ ਆਪਣੇ ਕੋਲ ਪਲੱਸ ਪੁਆਇੰਟਸ ਵੀ ਹੁੰਦੇ ਨੇ, ਪਲੱਸ ਪੁਆਇੰਟਸ ਆਪਣੇ ਕੰਮ 'ਚ ਵੀ ਆਪਣੀ ਹੈਲਪ ਕਰਦੇ ਨੇ ਅਤੇ ਆਪਣੀ ਮੋਰਲ ਲਾਈਫ 'ਚ ਵੀ। ਹੁਣ ਜਦ ਮੋਰਲ ਲਾਈਫ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਸਾਨੂੰ ਮੋਰਲ ਰੂਲਸ ਪਤਾ ਹੋਣੇ ਚਾਹੀਦੇ ਨੇ, ਅਸੀਂ ਆਪਣੇ ਨਾਲ ਦੇ ਨੂੰ ਵਧੀਆ ਤਰੀਕੇ ਨਾਲ ਟ੍ਰੀਟ ਕਰੀਏ, ਪਰ ਟ੍ਰੀਟ ਕਿਵੇਂ ਕਰੀਏ ਸਾਨੂੰ ਇਹੀ ਨਹੀਂ ਪਤਾ ਹੁੰਦਾ ਹੈਗਾ। ਸਾਨੂੰ ਬਚਪਨ ਤੋਂ ਹੀ ਸਿਖਾਇਆ ਦਿੱਤਾ ਜਾਂਦਾ ਵੱਡਿਆਂ ਦੀ ਇੱਜ਼ਤ ਕਰੋ, ਠੀਕ ਹੈ, ਛੋਟਿਆਂ ਨੂੰ ਪਿਆਰ ਕਰੋ, ਨਾਲਦਿਆਂ ਨਾਲ ਦੋਸਤਾਂ ਨਾਲ ਸੁਭਾਅ ਨਾਲ ਰਹੋ, ਪਰ ਸਾਨੂੰ ਇਹ ਤਾਂ ਕੋਈ ਨਹੀਂ ਸਿਖਾਉਂਦਾ ਹੈਗਾ ਕਿ ਬੰਦੇ ਸਾਰੇ ਸੇਮ ਨਹੀਂ ਹੁੰਦੇ, ਕਈ ਆਪਣੇ ਤੋਂ ਵੱਡੇ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਤੁਹਾਨੂੰ ਥੋੜ੍ਹਾ ਅਲੱਗ ਤਰੀਕੇ ਨਾਲ ਟ੍ਰੀਟ ਕਰਨਾ ਪੈ ਸਕਦਾ ਹੈ, ਕਿਉਂਕਿ ਹਰ ਕਿਸੇ ਦੀ ਇੱਜ਼ਤ ਕਿਹਾ ਜਾਂਦਾ ਹੈ ਕਿ ਇੱਜ਼ਤ ਮੰਗਿਆ ਨਹੀਂ ਮਿਲਦੀ, ਇੱਜ਼ਤ ਕਮਾਉਣੀ ਪੈਂਦੀ ਹੈ, ਤਾਂ ਹਰ ਇੱਕ ਬੰਦੇ ਨੂੰ ਤੁਸੀਂ ਉਸੇ ਤਰ੍ਹਾਂ ਟ੍ਰੀਟ ਕਰੋਗੇ ਜਿਸਦਾ ਉਹ ਹੱਕਦਾਰ। ਹਾਂਜੀ। ਤਾਂ ਇਹ ਮੋਰਲ ਵੈਲਿਊ ਸਾਡੇ 'ਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਕਿ ਹਾਂ ਜਦੋਂ ਤੱਕ ਕੋਈ ਵਿਅਕਤੀ ਸਾਡੇ ਨਾਲ ਸਹੀ ਹੈ ਅਸੀਂ ਉਸ ਨਾਲ ਸਹੀ ਵਰਤਾਓ ਕਰੀਏ, ਪਰ ਜਦ ਕੋਈ ਸਾਡੇ ਆਤਮ ਸਨਮਾਨ 'ਤੇ ਕੋਈ ਸੱਟ ਮਾਰੇ ਤਾਂ ਭਾਵੇਂ ਉਹ ਸਾਡੇ ਤੋਂ ਕੋਈ ਵੱਡਾ ਹੈ ਜਾਂ ਫਿਰ ਸਾਡੇ ਤੋਂ ਛੋਟਾ ਹੈ, ਸਾਡੇ 'ਚ ਇੰਨੀ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਅਸੀਂ ਉਸਦਾ ਡਟ ਕੇ ਮੁਕਾਬਲਾ ਕਰ ਸਕੀਏ ਅਤੇ ਆਪਣੇ ਆਤਮ ਸਨਮਾਨ ਦੀ ਰੱਖਿਆ ਕਰਦੇ ਹੋਏ ਇਹਨਾਂ ਮੋਰਲ ਵੈਲਿਊਜ਼ ਦੀ ਆਪਣੀ ਪਾਲਣਾ ਕਰੀਏ। ਤੁਸੀਂ ਇਸ ਚੀਜ਼ ਨੂੰ ਫੋਲੋ ਕਰਦੇ ਹੋ? ਬਿਲਕੁਲ, ਮੈਂ ਫੋਲੋ ਜ਼ਰੂਰ ਕਰਦਾ ਹਾਂ, ਕਿਉਂਕਿ ਮੇਰਾ ਮੰਨਣਾ ਹੈ ਕਿ ਜਦ ਤੱਕ ਤੁਸੀਂ ਖੁਦ ਕੌਨਫੀਡੈਂਟ ਫੀਲ ਨਹੀਂ ਕਰੋਗੇ ਬਾਹਰ ਦੇ ਲੋਕ ਤੁਹਾਨੂੰ ਕਿਸ ਤਰ੍ਹਾਂ ਮੰਨਣਗੇ। ਕਿਹਾ ਜਾਂਦਾ ਹੈ ਨਾ ਕਿ ਖੁਦ 'ਤੇ ਭਰੋਸਾ ਕਰ, ਦੁਨੀਆ ਤੇਰੇ ਮਗਰ ਮਗਰ ਤੇਰੇ 'ਤੇ ਭਰੋਸਾ ਕਰ ਲਏਗੀ। ਜਦ ਤੁਹਾਨੂੰ ਖੁਦ 'ਤੇ ਭਰੋਸਾ ਨਹੀਂ ਦੂਜਾ ਕਿਉਂ ਕਰੇ? ਤੁਸੀਂ ਕਦੇ ਵੀ ਜਾਂਦੇ ਹੋਏ ਦੇਖਿਓ, ਇੱਕ ਵਿਅਕਤੀ ਨੋਰਮਲੀ ਚੱਲਿਆ ਜਾ ਰਿਹਾ ਹੈ,
तो एक व्यक्ति पूरे आत्म विश्वास नाल भरपूर चलिया जा रहा है, 100% चांसिज ने कि तुसी उस व्यक्ति नहीं बुलाओगे जिहड़ा कि डरिया सहमिया बैठा है, तो जिहड़ा कॉन्फिडेंट है तुसी उसनू बुलाना चाहोगे, तुसी गलबात करके देखना चाहोगे कि आखिर कौन है, उसका नाम की है, कित्थों है, की करता है। तो यही कारण होंदा है कॉन्फिडेंस है वो तुहाडे जरूर होना चाहिए, तो मॉरल वैल्यूज़ होनिया चाहिए ने, क्योंकि अजकल जेकर समाज देखिए तो सहनशीलता भी काफ़ी बढ़ गई, असी छोटी छोटी जी गल पर गुस्सा हो जाने, दिल में कोई भी गल आ लें, असी सोचते हैं कि एक असी खुद में इंपोर्टेंस अजकल बड़ी दें, असी सोचते हैं कि असी बहुत इंपोर्टेंट है, उसने सानू कुछ भी कहा कि नहीं, सानू कह सकता है, असी नॉर्मल ह्यूमन बीइंग है, नॉर्मल इंसान है, तो यह सानू सोचना जरूर चाहिए, तो खुद को कभी भी इन्नी ज़्यादा इंपोर्टेंस भी ना दो कि तुसी एक डिसऑर्डर के शिकार हो जाओ कि मैं ही सब तो इंपोर्टेंट है, पर कदे भी खुद को इन्ना अणगौलिया भी ना करो कि तुसी बिल्कुल ही अणजाण ही हो जाओ तो अपनी जो रिस्पैक्ट है, अपनी इंपोर्टेंस है, वह गवा बैठो। ठीक है जी, बहुत वधिया लगे तुहाडे नाल गलबात करके, धन्यवाद। धन्यवाद। सत श्री अकाल जी। सत श्री अकाल। तुहाडा नाम? पल्लवी। पल्लवी जी, आप देखते हैं कि अजकल चाइल्ड के पेरेंट्स के बीच कम्युनिकेशन गैप बहुत ज़्यादा पै रहा है, वो अपने लाइफ स्टाइल से, अपने मॉरल वैल्यूज से, हरेक चीज़ इफेक्ट कर रही है, तो थोड़े इस बारे की पॉइंट ऑफ व्यू? मैं भी ऐ लगता है भी जिमें जिमें जनरेशन अगे बढ़ रही है, आप बहुत ज़्यादा एडवांस होंगे जा रहे हैं ना टेक्नोलॉजी के नाल, बट वो असर पेरेंटहुड पर भी पैंता है, चाइल्डहुड पर भी पैंता है। जिमें हम मैं लगता है भी एज अ चाइल्ड है ना, वो पेरेंट्स के अगे तो ए बिहेव करेगा दैट ही इज़ मोरलिस्टिक, ही इज़ यू नो ही और शी इज़ अ गुड परसन, बट समवेयर वैन ही कम्स टू हिज ओन कंपनी, इन कंपनी ऑफ हिज पीयर्स, तो ही वोंट एक्ट अकॉर्डिंगली है ना। तो कम्युनिकेशन गैप को सॉल्व करने के लिए ये कर सकते हैं भी दोनों थोड़ा थोड़ा अगे आन है ना, एज अ चाइल्ड उन्होंने भी एक स्टेप अप करना चाहिए है ना, अपने पेरेंट्स को अंडरस्टैंड करवाने के लिए भी जो भी एज द टाइम जनरेशन में चल रहा है, तो अगो पेरेंट्स को भी थोड़ा जि अंडरस्टैंड करना पैना है भी यूथ के नाल चलना पैना है, जो तुम चाहते हो भी दोनों के बीच एक अच्छा रिलेशनशिप बनया रहे, तो ये रिलेशनशिप चंगा होर वधिया किवें बन सकता? आही कुछ होगा भी जिमें हुन टेक्नोलॉजी बढ़ रही है तो बच्चे टेक्नोलॉजी है ना पेरेंट्स को लेके जान है ना, भी टेक्नोलॉजी किमें बढ़ रही है तो किमें किमें अपनी यूथ है, किमें उन्होंने यूथ अगे एडवांस हो रही है, तो पेरेंट्स उन्होंने ये दसन भी पुराने एथिक्स की सके, पुराने कल्चर्स की सके, दोनों थोड़ा थोड़ा आएंगे तो ही गल बनती कि तुम मोरल वैल्यूज इन फॉलो करते हो अपनी लाइफ। हाँ जी, ट्राई तो करते हैं, सारे करते हैं ट्राई। बहुत वधिया लगे थोड़े नाल गल करके। सत श्रीकाल जी। सत श्रीकाल। तुहाडा नाम? अनीता। तुहाडा? प्रियंका। अनीता जी, आप देखते हैं कि अजकल सारे दी एथिक्स बहुत घट रहे हैं, भी हर एक कितने लड़ाई होंगी है, झगड़े बहुत छेती आप रुस जाने, ये चीज़ा आपको पता है कि मॉरल वैल्यूज आपको सभ्यक होने हेल्प कर दिया ने, पर फिर भी उसके बावजूद भी आप चीज़ में इग्नोर कर जाने, ऐसा क्यों हो रहा है? आई थिंक अकॉर्डिंग टू मी अजकल बच्चों इन्ना पेशेंस नहीं है कि अपने आप में उस माहौल नाल ढाल सकन। अजकल अपने को मॉडर्नाइजेशन, अर्बनाइजेशन, ग्लोबलाइजेशन आ गई भी है कि आप एक टेक्नोलॉजी पर डिपेंड हो गए भी हैं, आप अपना दिमाग नहीं यूज करते है, आप सिर्फ एक लाइन पर हो गए कि जिमें अगला करूँगा सिर्फ आप उमें ही करनी है, अपनी कोई थिंकिंग लैवल नहीं है, अपना कोई सोचने का शक्ति नहीं रही हैगी, सारे मतलब कि लोडाउन हो गया वा सारा प्रोसेस, एक दूजे के पिछले लग रहे हैं, तो बिना टेक्नोलॉजी तो आप कुछ कर नहीं सकते, बिना मोबाइल तो अजकल कोई जिंदगी नहीं हैगी बच्चे की, अजकल पेपर भी सारे मोस्टली एवं मोबाइलों तो देख के दिने, आप अजकल देखते हैं, तो इसलिए मेरे हिसाब में पेशेंस ही नहीं है बंदे दे विच, आप किसी की सुन ही नहीं सकते है ना, आप अपने पेरेंट्स ही सुनते हैं, बाहर नहीं तो किसी की सुन रहे हैं। तो जो पेशेंस लैवल अपने इतना घटिया क्यों है, इन पर लैवल अप किमें कर सकते? पेशेंस अकॉर्डिंग टू मी ये टेक्नोलॉजी करके घटिया है, जिमें आप बहुत ज़्यादा खुले दी जाती है अजकल, तो आप इन्ने ज़्यादा डिपेंड हो गए हैं टेक्नोलॉजी पर, फोनस पर, तो बाहरलिया चीज़ों पर, कि अपने कुछ है ही नहीं पेशेंस करन लई, जे आप कितने शॉप पर भी जाते जो उत्थे कस्टमर होर खड़ा हुंदा तो आप इन्ना पेशेंस नहीं कि आप उत्थे खड़ के 5 मिनट वेट कर सकीए, अपना मतलब कि माइंड लैवल ही हो जा बन गया। तो आप लैवल अप किवें कर सकते? लैवल अप अकॉर्डिंग टू मी एक अजकल साइकोलॉजी बहुत ज़्यादा इंपॉर्टेंट आ, आपू साइकोलॉजिस्ट से विजिट करना चाहिए, काउंसलिंग लेनी चाहिए है, तो कुछ पेरेंट्स का भी रोल है कि उन्होंने मोटिवेट इस तरीके नाल करना चाहिए बच्चे कि वो सिर्फ अपने ते मतलब कि अपने विचे ना रहे, कि होरों की भी राय लवे, डिपेंड रहे होर। बहुत वधिया लगे थोड़े गल करके, हो सकता कि साढ़े दर्शक भी इस चीज़ में फॉलो जरूर कर। धन्यवाद। साढ़े नाल जुड़ चुके हैं कॉलेज प्रोफेसर इकनोमिक्स डिपार्टमेंट के जुपिंदर सिंह, आओ उन्होंने बारे नैतिक कदर कीमतों बारे गल करते हैं। सत श्रीकाल सर। सत श्रीकाल।
ਸਰ ਇਹ ਪੁੱਛਣਾ ਚਾਹਾਂਗੇ ਕਿ ਅੱਜ ਕੱਲ੍ਹ ਜਿਹੜੇ ਮੋਰਲ ਵੈਲਿਊਜ਼ ਨੇ ਉਹਨਾਂ ਦੇ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ? ਦੇਖੋ ਅਗਰ ਸਟੇਟ ਵੀ ਥੋੜ੍ਹੇ ਸ਼ਬਦਾਂ 'ਚ ਇਹਨੂੰ ਮੈਂ ਕਹਾਂ, ਮੋਰਲ ਵੈਲਿਊਜ਼ ਜਾਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਉਹ ਪਸ਼ੂਆਂ ਤੋਂ ਮਨੁੱਖਾਂ ਨੂੰ ਅਲੱਗ ਕਰਦੀਆਂ, ਅਤੇ ਜੇ ਨੈਤਿਕ ਕਦਰਾਂ ਕੀਮਤਾਂ ਨਾ ਹੋਣ ਤਾਂ ਜਿਹੜਾ ਮਨੁੱਖ ਹੈ ਉਹ ਤਕਰੀਬਨ ਪਸ਼ੂਆਂ ਵਾਂਗ ਹੀ ਵਿਹਾਰ ਕਰੇਗਾ। ਸਮਾਜ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਰਹਿਣਾ, ਕਿਸ ਤਰ੍ਹਾਂ ਆਪਣੇ ਵੱਡੇ ਛੋਟਿਆਂ ਦੀ ਰਿਸਪੈਕਟ ਕਰਨੀ ਹੈ, ਕਿਸ ਤਰ੍ਹਾਂ ਫੈਮਿਲੀ 'ਚ ਰਹਿਣਾ, ਕਿਸ ਤਰ੍ਹਾਂ ਆਪਣੇ ਪੀਅਰ ਗਰੁੱਪ ਜਾਂ ਦੋਸਤਾਂ ਮਿੱਤਰਾਂ 'ਚ ਮਿਲਵਰਤਨ ਕਰਨਾ, ਇਹ ਸਾਰਾ ਸਾਨੂੰ ਨੈਤਿਕ ਕਦਰਾਂ ਕੀਮਤਾਂ ਹੀ ਸਿਖਾਉਂਦੀਆਂ। ਅਤੇ ਸਰ ਜਿਹੜਾ ਮਿਆਰ ਡਿੱਗਦਾ ਜਾ ਰਿਹਾ ਦਿਨੋਂ ਦਿਨ, ਵੀ ਉਸਨੂੰ ਆਪਾਂ ਉੱਚਾ ਕਿਵੇਂ ਚੱਕ ਸਕਦੇ? ਦੇਖੋ ਪਹਿਲਾਂ ਇਹ ਕਾਰਨ ਲੱਭੀ ਕਿ ਮਿਆਰ ਡਿੱਗ ਕਿਉਂ ਰਹੇ, ਤਾਂ ਇਹਨੂੰ ਅਸੀਂ ਕਹਾਂਗੇ ਕਿ ਜੇ ਇਹਨੂੰ ਇਸ ਤਰ੍ਹਾਂ ਡਿਫਾਈਨ ਕਰ ਲਈਏ ਕਿ ਬਚਪਨ ਤੋਂ ਹੀ ਅਗਰ ਅਸੀਂ ਆਪਣੇ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਕਾਲਜ 'ਚ ਜਾਂ ਬੱਚਿਆਂ ਨੂੰ ਘਰ ਨੈਤਿਕ ਕਦਰਾਂ ਕੀਮਤਾਂ ਸੌਖੀਆਂ ਕਰਕੇ ਸਮਝਾਈਏ ਕਿ ਉਹਨਾਂ ਨੂੰ ਇੱਕ ਚੰਗੇ ਇਨਸਾਨ ਸਮਾਜ ਵਿੱਚ, ਇੱਕ ਸੱਭਿਅ ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ, ਛੋਟੇ ਹੁੰਦੇ ਤੋਂ ਹੀ ਇਹ ਵੈਲਿਊਜ਼ ਅਸੀਂ ਦਈਏ ਤਾਂ ਅਸੀਂ ਇਹ ਕਦਰਾਂ ਕੀਮਤਾਂ ਦਾ ਪੱਧਰ ਉੱਚਾ ਚੁੱਕ ਸਕਦੇ ਹਾਂ ਅਤੇ ਸਮਾਜ ਨੂੰ ਇੱਕ ਚੰਗੀ ਜਗ੍ਹਾ ਬਣਾ ਸਕਦੇ ਹਾਂ ਜਿੱਥੇ ਅਸੀਂ ਪਿਆਰ ਨਾਲ, ਹਾਰਮਨੀ ਨਾਲ ਇੱਕ ਚੰਗਾ ਸਮਾਜ ਸਿਰਜ ਕੇ ਰਹਿ ਸਕਦੇ। ਇਹਦਾ ਮਤਲਬ ਇਹ ਹੈ ਕਿ ਜਿੱਥੇ ਪੇਰੈਂਟਸ ਦੀ ਡਿਊਟੀ ਹੈ ਉਹ ਆਪਣੇ ਬੱਚਿਆਂ ਨੂੰ ਕਦਰਾਂ ਕੀਮਤਾਂ ਬਾਰੇ ਉਹਨਾਂ ਨੂੰ ਦੱਸਣ, ਉੱਥੇ ਸਕੂਲ ਟੀਚਰਸ ਦਾ ਅਤੇ ਕਾਲਜ ਟੀਚਰ ਦਾ ਵੀ ਬਹੁਤ ਵੱਡਾ ਰੋਲ ਹੈ, ਕਿਉਂਕਿ ਬੱਚੇ ਕੱਚੇ ਭਾਂਡੇ ਤਰ੍ਹਾਂ ਹੁੰਦੇ ਆ, ਜਿਸ ਤਰ੍ਹਾਂ ਉਹਨਾਂ ਨੂੰ ਚਾਹੀਏ ਅਸੀਂ ਮੋਲਡ ਕਰ ਸਕਦੇ ਹਾਂ, ਅਤੇ ਛੋਟੇ ਹੁੰਦੇ ਤੋਂ ਜਦੋਂ ਉਹਨਾਂ ਨੂੰ ਇਹ ਆਦਤਾਂ ਹੈਬਿਟ ਫੋਰਮ ਕਰ ਲੈਣਗੇ, ਉਹ ਆਪਣੇ ਕਰੈਕਟਰ 'ਚ ਵੈਲਿਊਜ਼ ਇਨਕਲਕੇਟ ਕਰ ਲੈਣਗੇ, ਤਾਂ ਲੰਬੇ ਸਮੇਂ ਦੇ ਵਿੱਚ ਜਾ ਕੇ ਉਹ ਆਪਣੇ ਆਪ ਹੀ ਸਮਾਜ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਇਹ ਸਿੱਖ ਸਕਦੇ। ਕਾਰਨ ਅਗਰ ਕਹੀਏ ਤਾਂ ਕਾਰਨ ਵੀ ਇਹੀ ਹੈ, ਇਸ ਤੋਂ ਉਲਟ ਦੇਖੀ ਤਾਂ ਕਾਰਨ ਬਣ ਜਾਂਦਾ ਕਿ ਸ਼ਾਇਦ ਪੇਰੈਂਟਸ ਬੱਚਿਆਂ ਨੂੰ ਠੀਕ ਤਰੀਕੇ ਨਾਲ ਦੱਸ ਨਹੀਂ ਪਾ ਰਹੇ। ਅਸੀਂ ਇਹ ਕਹਿ ਦਿੰਦੇ ਕਿ ਬੱਚੇ ਸਾਡੀ ਨਹੀਂ ਸੁਣਦੇ, ਕਿ ਪੇਰੈਂਟਸ ਇਹਨਾਂ ਵੈਲਿਊ ਸਿਸਟਮ ਬਾਰੇ ਬੱਚਿਆਂ ਨਾਲ ਗੱਲ ਕਰਦੇ, ਕਿ ਸਕੂਲ ਦੇ ਵਿੱਚ ਇਹ ਵੈਲਿਊ ਸਿਸਟਮ ਬਾਰੇ ਸਕੂਲ ਟੀਚਰਸ ਬੱਚਿਆਂ ਨਾਲ ਗੱਲ ਕਰਦੇ, ਅਤੇ ਫਿਰ ਆਖਿਰ 'ਚ ਆ ਕੇ ਜਦੋਂ ਕਾਲਜ ਜਾਂ ਯੂਨੀਵਰਸਿਟੀ 'ਚ ਆ ਕੇ ਪੜ੍ਹਦੇ ਕਿ ਯੂਨੀਵਰਸਿਟੀ ਦੇ ਟੀਚਰਸ ਪ੍ਰੋਫੈਸਰਸ ਉਹਨਾਂ ਨਾਲ ਇਹਨਾਂ ਵੈਲਿਊ ਸਿਸਟਮਸ ਦੀ ਇੰਪੋਰਟੈਂਸ ਵਾਸਤੇ ਗੱਲਬਾਤ ਕਰਦੇ ਆ, ਉਹਨਾਂ ਦੀ ਇੰਪੋਰਟੈਂਸ ਉਹਨਾਂ ਨੂੰ ਸਮਝਾਉਂਦੇ ਨੇ, ਜੀ ਸਵਾਲ ਇੱਥੇ ਰਹਿ ਜਾਂਦਾ। ਸੋ ਦੋਨੇ ਸਾਈਡਸ ਤੋਂ ਬੱਚਿਆਂ ਅਤੇ ਉਹਨਾਂ ਦੇ ਕੇਅਰ ਟੇਕਰਸ, ਚਾਹੇ ਪੇਰੈਂਟਸ ਹੈ, ਚਾਹੇ ਘਰ 'ਚ ਬਜ਼ੁਰਗ ਹੈ, ਜਾਂ ਸਕੂਲ ਅਤੇ ਕਾਲਜ ਟੀਚਰਸ ਹੈ, ਸਾਰਿਆਂ ਦਾ ਆਪਣਾ ਆਪਣਾ ਰੋਲ ਹੈ। ਜੇ ਨਹੀਂ ਠੀਕ ਤਾਂ ਸਾਰਿਆਂ ਦਾ ਕਸੂਰ ਹੈ, ਅਤੇ ਜੇ ਇਹਨੂੰ ਠੀਕ ਕਰਨਾ ਤਾਂ ਸਾਰਿਆਂ ਨੂੰ ਆਪਣਾ ਆਪਣਾ ਰੋਲ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਨਾ ਪਏਗਾ। ਉਮੀਦ ਕਰਦੇ ਸਰ ਜੋ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਉਹ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਏਗੀ, ਉਹ ਵੀ ਉਸ ਉੱਤੇ ਫੋਲੋ ਜ਼ਰੂਰ ਕਰਨਗੇ। ਇਸ ਵਧੀਆ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜਿਵੇਂ ਅੱਜ ਹੁਣ ਆਪਾਂ ਕਾਲਜ ਦੇ ਵੱਖ ਵੱਖ ਵਿਦਿਆਰਥੀਆਂ ਦੇ ਨੈਤਿਕ ਕਦਰਾਂ ਕੀਮਤਾਂ ਬਾਰੇ ਵਿਚਾਰ ਜਾਣੇ, ਸੋਹਣ ਇੱਕ ਨਵਾਂ ਵਿਸ਼ਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦ ਤੱਕ ਜਾਣੀ ਕਿ ਮੈਨੂੰ ਹਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ।